ਕੱਲ੍ਹ ਥੋੜ੍ਹਾ ਕੰਮ ਰਹਿ ਗਿਆ ਸੀਗਾ, ਫਿਰ ਅੱਜ ਮਿਸਤਰੀ ਲੇਟ ਆਇਆ, ਅਤੇ ਮਿਸਤਰੀ ਆਉਣ ਕਰਕੇ ਅਤੇ ਲੇਟ ਹੋਣ ਕਰਕੇ ਅਤੇ ਦਿਹਾੜੀਏ ਵੀ ਨਹੀਂ ਬੁਲਾਏ। ਇੱਕ ਇਰਾਦਾ ਜਿਹਾ ਸੀਗਾ, ਥੋੜ੍ਹੇ ਜਿਹੇ ਪੱਥਰ ਦੇ ਪੀਸ ਜਿਹੇ ਕੱਟਣੇ ਸੀ, ਰੱਖਣੇ ਜਿਹੇ ਬਣਾਉਣੇ ਸੀਗੇ, ਉਹ ਲੱਗੇ ਖੜ ਕਰਨ, ਅਤੇ ਬਸ ਮਸਾਲਾ ਜਿਹਾ ਰਲਾਉਣ ਲੱਗਿਆ ਸੀਗਾ। ਮਿਸਤਰੀ ਲੱਗਿਆ ਹੋਇਆ ਉਹਦਾ, ਮੈਂ ਕਿਹਾ ਨਾਲ ਲੱਗ ਕੇ ਲਵਾਉਣੇ ਕੱਲ੍ਹ ਨੂੰ ਕੰਮ, ਫਿਰ ਬਜਰੀ ਬਜਰੀ ਆ ਰਹਿ ਜੂ ਇਕੱਲਾ, ਬਾਕੀ ਸਾਰਾ ਨਿਬੜ ਜੂਗਾ। ਆਹ ਦੇਖ ਬਾਕੀ ਦੇਖੋ ਫਿਰ, ਰਦਾ ਲਾਤਾ ਸੀਮੈਂਟ ਬਜਰੀ ਵੀ ਆ ਗਿਆ ਘਰੇ, ਰਦਾ ਤਾਂ ਲਾ ਕੇ ਕੰਮ ਨਿਬੇੜਦਾ, ਸਿੱਧਾ ਹੁਣ ਸਿੱਧਾ ਮਾਲ ਹੀ ਪੈਣਾ, ਹੁਣ ਤਾਂ ਉਹ ਲੈ ਕੇ ਆਉਣਾ ਜਾ ਕੇ ਮਿਕਸਚਰ, ਅਤੇ ਆਹ ਬੋਕਸ ਜਿਹੇ ਵਿੱਚ ਡਿਜ਼ਾਈਨ ਜਿਹਾ ਬਣਾ ਆਉਣਾ, ਕੱਟ ਕੇ ਰੱਖਿਆ ਪੀਸ, ਆਪਣੇ ਪੱਥਰ ਲਾਇਆ ਸੀ ਕੋਠੀ 'ਚ ਉਹਦਾ ਵਿਆਹ ਜਗਾੜ, ਅਤੇ ਪੱਥਰ ਨੂੰ ਕੱਟ ਕੇ ਰੱਖ ਲਿਆ। ਹੁਣ ਸਵੇਰੇ ਬਸ ਬੰਦੇ ਬੁਲਾਏ ਹੋਏ, ਸਵੇਰੇ ਟਾਈਮ ਨਾਲ ਆ ਕੇ ਟਾਈਮ ਨਾਲ ਨਿਬੇੜ ਦੇਣਾ, ਜਿੰਨਾ ਨਿਬੜਿਆ ਨਿਬੇੜਾਂਗੇ 35x35 ਦਾ। ਬਾਕੀ ਤੁਹਾਨੂੰ ਕੋਈ ਨਹੀਂ ਅਗਲੇ ਪਾਰਟ 'ਚ ਦਿਖਾਵਾਂਗੇ ਜਿੰਨਾ ਹੋ ਸਕੇ, ਕੱਲ੍ਹ ਨੂੰ ਵੀਡੀਓ ਦਿਖਾਵਾਂਗੇ ਜਿੰਨੀ ਹੋ ਸਕੇ। ਅਤੇ ਹੁਣ ਸਰਦਾਰ ਜੀ ਹੋਣੀ ਗਏ ਸੀ ਮਿਕਸਚਰ ਲੈਣ, ਅਤੇ ਮਿਕਸਚਰ ਲੈ ਆਉਂਦਾ ਆ, ਮਿਕਸਚਰ ਲੈ ਕੇ ਲੈ ਖੜਾ ਕਿਤੋਂ ਨਹੀਂ ਆਇਆ ਹੀ, ਹਾਲੇ ਮਿਸਤਰੀ ਬੰਦੇ ਪਹੁੰਚ ਗਏ ਆ, ਇੱਕ ਟਰਾਲੀ ਲਿਆ ਕੇ ਇੱਧਰ ਪਾ ਲੱਤੀ ਸੀ ਦੂਜੇ ਪਲਾਟ 'ਚ, ਉੱਥੇ ਇੱਕ ਵਾਰੀ ਪਾਈ ਜਾਂਦੇ ਹਾਂ, ਅਤੇ ਪਾ ਕੇ ਅਤੇ ਲਿਆ ਕੇ ਹੁਣ ਲੱਗਦੇ ਹਾਂ ਕੰਮ ਨਿਬੇੜੀਏ ਫਾਰਿਗਾ, ਦੇ ਬੰਦੇ ਵੀ ਆਏ ਖੜੇ ਸਾਰੇ ਜਣੇ। ਝੋਨਾ ਪਿਆ ਸੀ, ਡਰੰਮ ਦੀ ਲੋੜ ਪੈ ਗਈ, ਝੋਨਾ ਪਾਇਆ ਸੀ ਡਰੰਮ ਦੇ ਵਿੱਚ, ਅਤੇ ਪਲਟ ਕੇ ਦੂਜੇ ਡਰੰਮ 'ਚ ਪਾਈ ਜਾਂਦਾ, ਅਤੇ ਪਾਣੀ ਦਾ ਨਹੀਂ ਸਰਨਾ ਉੱਦਾਂ ਬਾਲਟੀਆਂ ਨਾਲ, ਮੈਂ ਪਾ ਲਈਏ ਖਾਲੀ ਕਰਕੇ, ਅਤੇ ਡਰੰਮ ਦੀ ਲੋੜ ਆ, ਮਤਲਬ ਬੰਦੇ ਹੁਣ ਕਾਲੇ ਹੋਏ ਆ, ਕਹਿੰਦੇ ਸ਼ੀਰੇ ਦੀ ਖਾਲੀ ਕਰਨ ਲੱਗੇ ਖੜੇ ਜੀ, ਟਕਾ ਤਾ ਬੰਦੇ ਨਾਲ, ਅਤੇ ਹੁਣ ਕੰਮ ਲੋੜ ਨਹੀਂ ਹੁਣ, ਇੱਕ ਚੰਗਾ ਦਿਹਾੜੀਆ ਹੋਰ ਲੈ ਲੈਂਦੇ, ਅਤੇ ਕੁਛ ਰੋੜੀ ਥੋੜ੍ਹੀ ਮੋਟੀ ਘੱਟ ਗਈ ਆ, ਅਤੇ ਕੁਛ ਇੱਕ ਬੰਦੇ ਦੀ ਕਮੀ ਦਿਖਣ ਡਈ ਆ, ਅਤੇ ਮਾਲ ਮੂਰ ਲਾ ਕੇ ਪਾਉਣਾ ਥੋੜ੍ਹਾ ਔਖਾ ਹੋਇਆ ਪਿਆ, ਆਪ ਨੂੰ ਲੱਗਣਾ ਪੈ ਗਿਆ ਨਾਲ, ਤੁਹਾਨੂੰ ਫਿਕਲ ਫਿਕਲ ਤਾਂ ਲੱਗਦੇ ਹੁਣ ਕਿਹੋ ਜਿਹਾ ਹਾਲ ਹੋਇਆ ਪਿਆ, ਨਾਲ ਲੱਗਣਾ ਪੈ ਗਿਆ, ਸਰਦਾਰ ਵੀ ਨਾਲ ਲੱਗਿਆ ਖੜਾ, ਦੇਖੋ ਇੰਨਾ ਕੁ ਮਾਲ ਪਾਤਾ। ਉਹਦੇ ਜ਼ੋਰਾਂ 'ਤੇ ਲੱਗੇ ਖੜੇ ਆ, ਕਦੇ ਕਹਿੰਦੇ ਮੋਟਰ, ਕਹਿੰਦੇ ਕੁਛ ਭਾਜੜਾਂ ਪਈਆਂ ਜੀ ਪੂਰੀਆਂ ਤਸੱਲੀ ਨਾਲ, ਅਤੇ ਆਹ ਹੁਣ ਮੋਟਰ ਆਪਣੇ ਨਹਿਰ 'ਚੋਂ ਲਾਈ ਹੋਈ ਆ, ਟੁੱਲੋ ਮੋਟਰ ਲਾ ਕੇ ਨਹਿਰ 'ਚੋਂ ਪਾਣੀ ਲਿਆਂਦਾ ਹੋਇਆ, ਅਤੇ ਉਹ ਚਲਾਉਣ ਆਇਆ ਸੀਗਾ, ਇਹਦੇ ਵਿੱਚ ਪਾਈ ਹੋਈ ਆ, ਆ ਚਲਾਤੀ ਆ, ਅਤੇ ਹੁਣ ਪਾਣੀ ਦੀ ਕਮੀ ਹੋ ਗਈ, ਪਾਣੀ ਘੱਟ ਗਿਆ ਸੀਗਾ, ਅਤੇ ਮੈਂ ਕਿਹਾ ਚੱਲ ਡਰੰਮ ਡਰੁੰਮ 'ਚ ਦੁਬਾਰਾ ਭਰ ਦਈਏ, ਲੱਗੇ ਖੜੇ ਮੁੰਡੇ ਜ਼ੋਰਾਂ 'ਤੇ। ਆ ਚਲੋ ਹਾਲ ਕੱਪੜਿਆਂ ਤੁਹਾਨੂੰ ਪਤਾ ਲੱਗਦਾ ਹੋਣਾ, ਇੱਥੋਂ ਕਰਤਾ ਕਰਤਾ ਪਾਉਂਦਾ, ਸ਼ੂਗਰ ਥੋੜ੍ਹਾ ਸਾਹ ਆਊਗਾ, ਫੁੱਲ ਕਾਹਲੀ 'ਚ ਲੱਗੇ ਖੜੇ ਆ, ਕਹਿੰਦੇ ਪਾਣੀ ਚਾਹੀਦਾ, ਕਹਿੰਦੇ ਆਹ ਸਬਜ਼ੀ ਬਾੜੀ ਲਾਈ ਹੋਈ ਨਾਲ ਲੱਗਦੀ ਆਪਾਂ ਇੱਥੇ ਪਲਾਟ ਦੇ ਅੰਦਰ ਹੀ, ਕਹਿੰਦਾ ਨਹਿਰ ਦੀ ਬਾਰੀ ਸਰਦਾਰ, ਨਹਿਰ ਦੀ ਬਾਰੀ ਲਾਉਣ ਲੱਗਿਆ ਸੀਗਾ, ਬ੍ਰੇਕ ਲਾ ਲਈ ਵੀ ਇੱਕ ਡੇ ਨੂੰ ਕੰਮ ਨਹੀਂ ਵੜਨਾ ਤਾਂ, ਹੁਣ ਉੱਥੇ ਬਜਰੀ ਘੱਟ ਰਹੀ ਗਏ। ਜਨਪ੍ਰਤਰੀ ਤੇਰੀ ਜਨਪ੍ਰਤਰੀ ਕਹਿੰਦੇ ਬਣਾਤੀ ਹੈ ਬਈ, ਜੋ 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 ਜੋ
500 ਲਾ ਕੇ ਬਣੀ ਹੈ, 500 ਲਾ ਕੇ ਬਣੇ, ਬਣਦੀ ਆ, ਬਣਵਾ ਦੂੰਗਾ, ਬਣਵਾ ਦੂੰਗਾ। ਅਰੇ ਆਹ ਸਰਦਾਰ ਉਹਨੇ ਬੂਟਣ ਕਾਟ ਬੂਟਣ ਇਹਦੇ ਜਿਹੜਾ ਭਈਆ ਲੱਗਿਆ ਇਹਨਾਂ ਦੇ, ਆ ਚਾਚੇ ਉਹਨਾਂ ਭਈਆ ਲੱਗਿਆ ਆ, ਉਹਨੇ 10,000 ਰੁਪਏ ਦੇ ਕੇ ਇਹਨਾਂ ਆਧਾਰ ਕਾਰਡ ਬਣਾਤੇ ਇੱਥੇ ਬਿਨਾਂ ਕੁਛ ਚੀਜ਼ ਤੋਂ। ਬਣੇ ਸੀ ਨਾ ਅੱਛਾ ਆਧਾਰ ਕਾਰਡ ਬਣਾਏ ਇਹਨਾਂ ਦੇ ਆਪਾਂ, ਆ ਪਹਿਲਾਂ ਬਣਾਏ ਤਾਂ ਹੈ। ਤਨਖਾਹ ਆਈ ਨੀ ਮਹੀਨੇ ਬਾਅਦ ਕਹਿੰਦੇ ਹਨਾ ਵੀ, ਤਨਖਾਹ ਆਈ ਨੀ ਮਹੀਨੇ ਬਾਅਦ। ਕਾਨੋ ਇੱਕ ਹੁਣ ਕਾਗਜ਼ਾਂ ਚ ਹੋ ਗਿਆ, ਹੁਣ ਕਾਗਜ਼ਾਂ ਚ ਹੋ ਗਿਆ। ਹੋਰ ਜੀ ਜਨਾਬ ਕੀ ਹਾਲ ਆ? ਨਾ ਛੱਡਣਾ ਕਾਹਲੀ ਆ, ਛੱਡਣਾ ਕਾਹਲੀ ਆ, ਘਰ ਦਾ ਕੰਮ ਹੀ ਕਰਦੇ ਆ। ਹਾਂ ਪੁੱਛ ਲੈ ਛੁੱਟੀ ਲਵੇ ਤੋ ਲਾ ਕੇ ਰਹਿ ਗਿਆ, ਪਾਣੀ ਦੀ ਬਾਰੀ ਲਾ ਕੇ ਦੁਬਾਰਾ ਫਿਰ ਲੱਗ ਗਿਆ ਕੇ, ਜੇ ਕੋਈ ਹੋਰ ਆਉਂਦਾ ਨੀ ਗਿੱਟੇ ਉੱਟੇ ਤੋਂ ਪਾ ਲੈਂਦਾ ਉਹਨਾਂ ਦਾ। ਆਹਾ ਇੱਥੇ ਪੈ ਜਾਣਾ ਨੀਮਾ, ਨਹੀਂ ਆ ਇੱਥੇ ਜਾ ਕੇ ਇੱਥੇ ਪੈ ਜਾਣਾ, ਇੱਥੇ ਉੱਥੇ ਪਾਵਾਂਗੇ ਅੰਕਲ ਪਾਵਾਂਗੇ। ਪ੍ਰਵੀਨ ਕੱਢੀ ਉਹ ਪੱਠੇ ਤੱਕ ਅੱਧਾ ਕੰਮ ਹੋ ਗਿਆ ਜੀ, ਅੱਧਾ ਕੰਮ ਹਲੇ ਸਵੇਰੇ ਕਰਾਂਗੇ ਅਤੇ ਬਾਕੀ ਮਿਲਦੇ ਤੁਹਾਨੂੰ ਅਗਲੇ ਵਲੌਗ 'ਚ। ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ।